ਇਹਨਾਂ ਦੱਸਦੇ ਮਾਮਾ ਤੇ ਦੁਸ਼ਮਣ ਕੌਣ ਨੇ ਤੇ ਦੁਸ਼ਮਣੀ ਕੀ ਸੀ। ਇੱਕ ਮਾਂ ਨੇ ਆਪਣੇ ਪੁੱਤਰ ਨੂੰ ਆਪਣੇ ਕੋਲ ਵੱਖ ਕਿਉਂ ਰੱਖਿਆ, ਉਹਦੀ ਮਜਬੂਰੀ ਕੀ ਸੀ, ਛੇਤੀ ਦੱਸਦੇ ਮਾਂ। ਅਸਲਾਮ ਅਲੈਕਮ, ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਬੜੀ ਹੀ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ ਤੇ ਉਸ ਫਿਲਮ ਦਾ ਨਾਮ ਹੈ ਜੱਟ ਮਾਜੇ ਦਾ। 11 ਅਪ੍ਰੈਲ 1988 ਬਰੋਜ਼ ਜਿਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਜੱਟ ਮਾਜੇ ਦਾ। ਇਸ ਫਿਲਮ ਨੂੰ ਪੱਟੀ ਪਿਕਚਰਸ ਨੇ ਰਿਲੀਜ਼ ਕੀਤਾ ਸੀ ਔਰ ਤੁਹਾਨੂੰ ਪਤਾ ਕਿ ਪੱਟੀ ਪਿਕਚਰ ਦੀਆਂ ਜਿਤਨੀਆਂ ਵੀ ਫਿਲਮਾਂ ਸਨ ਤਕਰੀਬਨ ਉਹਨਾਂ ਦੇ ਡਾਇਰੈਕਟਰ ਅਦਾਕਾਰ ਕੈਫੀ ਸਨ, ਪਰ ਇਸ ਫਿਲਮ ਦੇ ਡਾਇਰੈਕਟਰ ਅਦਾਕਾਰ ਮਸੂਦ ਭੱਟ ਸਨ। ਇਸ ਫਿਲਮ ਦਾ ਟਾਈਟਲ ਰੋਲ ਅਦਾਕਾਰ ਸੁਲਤਾਨ ਰਹੀ ਨੇ ਅਦਾ ਕੀਤਾ ਤੇ ਇੱਕ ਬਿਗ ਕਾਸਟ ਯਾਨੀ ਕਿ ਬਹੁਤ ਵੱਡੀ ਕਾਸਟ ਦੀ ਫਿਲਮ ਸੀ, ਯਾਨੀ ਕਿ ਸੁਲਤਾਨ ਰਹੀ, ਮੁਸਫਾ ਕੁਰੈਸ਼ੀ, ਯੂਸਫ ਖਾਨ, ਅਨੈਤ ਸਨ ਭੱਟੀ, ਅਸਦ ਬੁਖਾਰੀ, ਯਾਨੀ ਬਹੁਤ ਸਾਰੇ ਸਟਾਰ ਇਸ ਫਿਲਮ ਦੇ ਅੰਦਰ ਮੌਜੂਦ ਸਨ। ਬਾਰ ਬੇਗਮ ਨੇ ਇਸ ਫਿਲਮ ਦੇ ਅੰਦਰ ਸੁਲਤਾਨ ਰਹੀ ਦੀ ਮਾਂ ਦਾ ਅਸਵੇ ਮਾਂ ਨੂੰ ਰੋਲ ਅਦਾ ਕੀਤਾ ਔਰ ਬੜਾ ਹੀ ਅੱਛਾ ਕੰਮ ਕੀਤਾ ਔਰ ਅਨੈਤ ਸਨ ਭੱਟੀ ਨੇ ਸੁਲਤਾਨ ਰਹੀ ਦੇ ਮਾਮੇ ਦਾ ਕਿਰਦਾਰ ਅਦਾ ਕੀਤਾ। ਸੁਲਤਾਨ ਰਹੀ ਜਿਹੜਾ ਆਉਂਦਾ ਉਹ ਬਾਰ ਦਾ ਪੁੱਤਰ ਆਉਂਦਾ ਔਰ ਆਪਣੇ ਮਾਮੇ ਅਨੈਤ ਸਨ ਭੱਟੀ ਦੇ ਕੋਲ ਪਲ ਕੇ ਜਵਾਨ ਹੋ ਜਾਂਦਾ ਔਰ ਜਿਹੜੀ ਬਾਰ ਬੇਗਮ ਹੁੰਦੀ ਹੈ ਉਹ ਆਪਣੇ ਤੂੰ ਉਸਨੂੰ ਦੂਰ ਰੱਖਦੀ ਹੈ। ਯੂਸਫ ਖਾਨ ਨੇ ਇਸ ਫਿਲਮ ਦੇ ਅੰਦਰ ਸ਼ਿਰਾ ਦਾ ਕਿਰਦਾਰ ਅਦਾ ਕੀਤਾ ਜਿਹੜਾ ਇੱਕ ਪਿੰਡ ਦੀ ਕੁੜੀ ਆਉਂਦੀ ਹੈ ਰੇਸ਼ਮਾ। ਰੇਸ਼ਮਾ ਦਾ ਕਿਰਦਾਰ ਅਦਾਕਾਰ ਸੰਗੀਤਾ ਨੇ ਅਦਾ ਕੀਤਾ। ਰੇਸ਼ਮਾ ਅਤੇ ਸ਼ੇਰਾ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਪਿਆਰ ਕਰਦੇ ਨੇ ਔਰ ਜਿਹੜਾ ਰੇਸ਼ਮਾ ਦਾ ਭਰਾ ਹੁੰਦਾ ਜਾਬਰ ਖਾਨ ਉਹਨੂੰ ਪਿੰਡ ਦਾ ਇੱਕ ਬੰਦਾ ਦੱਸਦਾ ਹੈ ਕਿ ਤੇਰੀ ਭੈਣ ਅਤੇ ਸ਼ੇਰਾ ਪਿੰਡ ਤੋਂ ਬਾਹਰ ਆਪਸ ਵਿੱਚ ਮੁਲਾਕਾਤਾਂ ਕਰ ਰਹੇ ਨੇ। ਜਾਬਰ ਖਾਨ ਨੂੰ ਬਹੁਤ ਗੁੱਸਾ ਆਉਂਦਾ ਔਰ ਆ ਕੇ ਮੌਕੇ 'ਤੇ ਉਹਨਾਂ ਨੂੰ ਪਕੜ ਲੈਂਦਾ। ਕੁਝ ਤੇ ਬੋਲੇ ਸੁਪਿਆ ਸਕਿਆ ਇਹਨੇ ਤੇ ਆਪਣਾ ਸੁਣਾ ਦਿੱਤਾ ਹੈ ਔਰ ਪਕੜ ਕੇ ਆਪਣੀ ਭੈਣ ਨੂੰ ਘਰ ਲੈ ਕੇ ਆ ਜਾਂਦਾ ਹੈ ਔਰ ਆ ਕੇ ਉਹਨੂੰ ਮਾਰਦਾ ਹੈ ਔਰ ਦੂਸਰੇ ਬੰਦੇ ਨਾਲ ਉਹਦੀ ਸ਼ਾਦੀ ਤੈਅ ਕਰ ਦਿੰਦਾ ਹੈ। ਰੇਸ਼ਮਾ ਦੀ ਸ਼ਾਦੀ ਤੈਅ ਹੋ ਜਾਂਦੀ ਹੈ ਅਤੇ ਉਹ ਜਿਹੜਾ ਵੋਢੀ ਅਤੇ ਲਿਬਾਸ ਵਿੱਚ ਘਰ ਵਿੱਚੋਂ ਫਰਾਰ ਜਾਂਦੀ ਹੈ ਔਰ ਜਾ ਕੇ ਸ਼ੇਰੇ ਦੇ ਘਰ ਜਾਂਦੀ ਹੈ। ਸ਼ੇਰੇ ਦੇ ਘਰ ਜਾਂਦੀ ਹੈ ਉਹਦੀ ਮੁਲਾਕਾਤ ਉਹਦੇ ਵੱਡੇ ਭਰਾ ਅਸਦ ਬੁਖਾਰੀ ਦੇ ਨਾਲ ਆਉਂਦੀ ਹੈ। ਅਸਦ ਬੁਖਾਰੀ ਨੇ ਇਸ ਫਿਲਮ ਦੇ ਅੰਦਰ ਮੁਰਾਦ ਖਾਨ ਦਾ ਕਿਰਦਾਰ ਅਦਾ ਕੀਤਾ ਔਰ ਉਹ ਸ਼ੇਰੇ ਦਾ ਵੱਡਾ ਭਰਾ ਹੁੰਦਾ ਔਰ ਜਿਹੜੀ ਰੇਸ਼ਮਾ ਦੀ ਉਹ ਬੜੀਆਂ ਮਿੰਨਤਾਂ ਕਰਦੀ ਹੈ ਔਰ ਉਹਨੇ ਕਹਿੰਦੀ ਹੈ ਕਿ ਮੈਨੂੰ ਹਵੇਲੀ 'ਚ ਰੱਖ ਲੈ, ਲੇਕਿਨ ਮੁਰਾਦ ਖਾਨ ਦਾ ਕਹਿੰਦਾ ਨਹੀਂ ਮੈਂ ਤੈਨੂੰ ਵਾਪਸ ਤੇਰੇ ਘਰ ਛੋੜ ਕੇ ਆਵਾਂਗਾ। ਆ ਜਾਂਦਾ ਔਰ ਆ ਕੇ ਉਹਨੂੰ ਉਹਨਾਂ ਭਰਾ ਦੇ ਹਵਾਲੇ ਕਰ ਦਿੰਦਾ ਜਾਬਰ ਖਾਨ ਔਰ ਇਸ ਦੌਰਾਨ ਜਿਹੜਾ ਜਾਬਰ ਖਾਨ ਹੁੰਦਾ ਉਹ ਮੁਰਾਦ ਖਾਨ ਅਸਦ ਬੁਖਾਰੀ ਨੂੰ ਕਤਲ ਕਰ ਦਿੰਦਾ ਔਰ ਕਤਲ ਕਰਕੇ ਜਦੋਂ ਸ਼ੇਰਨ ਨੂੰ ਪਤਾ ਚੱਲਦਾ ਸ਼ੇਰਾ ਵੀ ਹਵੇਲੀ ਆਉਂਦਾ ਔਰ ਉਹ ਜਿਹੜਾ ਕਤਲ ਹੁੰਦਾ ਮੁਰਾਦ ਖਾਨ ਦਾ ਉਹ ਜਾਬਰ ਖਾਨ ਮੁਰਾਦ ਖਾਨ ਦਾ ਜਿਹੜਾ ਕਤਲ ਹੁੰਦਾ ਉਹ ਸ਼ੇਰੇ ਉੱਤੇ ਪਾ ਦਿੰਦਾ ਔਰ ਪੁਲਿਸ ਆ ਕੇ ਸ਼ੇਰੇ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਹੈ। ਬਾਰ ਬੇਗਮ ਦੇ ਇੱਕ ਪੁੱਤਰ ਅਤੇ ਇੱਕ ਧੀ ਆਉਂਦੇ ਨੇ। ਖੈਰ ਜਿਹੜਾ ਜਾਬਰ ਖਾਨ ਉਹ ਕਤਲ ਸ਼ੇਰੇ 'ਤੇ ਪਾ ਦਿੰਦਾ ਔਰ ਜਿਹੜਾ ਸ਼ੇਰਾ ਹੁੰਦਾ ਉਹਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ। ਚਰਪਾਈ ਚੁੱਕ ਕੇ ਜਦੋਂ ਸ਼ੇਰਾ ਚਰਪਾਈ ਚੁੱਕ ਕੇ ਪਿੰਡ ਜਾਂਦਾ ਅਤੇ ਜਿਹੜੀ ਉਹਦੀ ਭਾਬੀ ਆਉਂਦੀ ਹੈ, ਭਾਬੀ ਜਿਹੜੀ ਬਾਹਰ ਆਉਂਦੀ ਹੈ, ਉਹਨੂੰ ਇਹ ਪਤਾ ਚੱਲਦਾ ਕਿ ਇਹ ਕਤਲ ਸ਼ੇਰੇ ਨੇ ਕੀਤਾ ਔਰ ਉਹ ਸ਼ੇਰੇ ਨੂੰ ਕਹਿੰਦੀ ਹੈ ਕਿ ਮੈਂ ਤੈਨੂੰ ਮਾਫ਼ ਨਹੀਂ ਕਰਾਂਗੀ। ਸੁਲਤਾਨੀ ਨੇ ਇਸ ਫਿਲਮ ਦੇ ਅੰਦਰ ਬੜਾ ਅੱਛਾ ਕੰਮ ਕੀਤਾ ਹੈ। ਨਾਸਨ ਭੱਟੀ ਨੇ ਮਾਮੇ ਦੇ ਰੋਲ ਵਿੱਚ ਬੜਾ ਅੱਛਾ ਕੰਮ ਕੀਤਾ ਹੈ ਔਰ ਜਦੋਂ ਸੁਲਤਾਨੀ ਜਵਾਨ ਹੋ ਜਾਂਦਾ ਤਾਂ ਉਹਨੂੰ ਇਹ ਪਤਾ ਚੱਲਦਾ ਕਿ ਉਹਦੀ ਮਾਂ ਜ਼ਿੰਦਾ ਵੇ, ਉਹ ਮਾਂ ਦੇ ਕੋਲ ਜਾਂਦਾ ਔਰ ਉਹਦੇ ਕੋਲ ਪੁੱਛਦਾ ਕਿ ਤੂੰ ਮੈਨੂੰ ਇਤਨੇ ਅਰਸੇ ਵਾਸਤੇ ਆਪਣੇ ਤੋਂ ਦੂਰ ਕਿਉਂ ਰੱਖਿਆ ਸੀ। ਇਸ ਫਿਲਮ ਦੇ ਅੰਦਰ ਸੁਲਤਾਨੀ ਨੇ ਬੜਾ ਅੱਛਾ ਕੰਮ ਕੀਤਾ ਹੈ। ਅਲੀਅਸ ਕਸ਼ਮੀਰੀ ਨੇ ਬੜਾ ਅੱਛਾ ਕੰਮ ਕੀਤਾ ਹੈ। ਯੂਸਫ ਖਾਨ ਨੇ ਇਸ ਫਿਲਮ ਦੇ ਅੰਦਰ ਸੁਲਤਾਨ ਰਹੀ ਦੇ ਚਾਚੇ ਦਾ ਕਿਰਦਾਰ ਅਦਾ ਕੀਤਾ ਔਰ ਬੜਾ ਹੀ ਅੱਛਾ ਕੰਮ ਕੀਤਾ। ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।